ਮੈਂ ਇੱਕ ਇੱਕ ਹਰ ਗੋਲ ਤੇ ਲਿਖਦਾ ਮਗ ਦੇ ਵੰਦਰੇ ਖੋਲ ਤੇ ਲਿਖਦਾ ਲਿਖਦਾ ਸਾਜਦ ਜ਼ਿਕਰ ਇਲਾਹੀ ਯਾ ਮੈਂ ਅਰਬੀ ਖੋਲ ਤੇ ਲਿਖਦਾ ਜੇ ਕਰਬਲ ਤੇ ਹਾਲ ਕੋ ਮੈਂ ਮੇਰੇ ਮੁਰਸ਼ਿਦ ਟਾਈਮ ਦੇ ਵਿੱਚ ਦੋ ਬੰਦ ਪੇਸ਼ ਕਰੇ ਨਾ ਕਿ ਪੀਰ ਸ਼ਮਸੁਦੀਨ ਸ਼ਾਹ ਸਾਹਿਬ ਨੇ ਇਵੇਂ ਯਾਦ ਦਿਵਾ ਦਿੱਤੀ ਹੈ ਕਿ ਜੇ ਕਰਬਲ ਦੇ ਹਾਲ ਕੋ ਚੋਲੂ ਚਾ ਅਰਮਾਨ ਜਹਾਨ ਚ ਬਲ ਕੋ ਤਰੇ ਬਾਲ ਦੀ ਯਾਦ ਦਿਵੀ ਜੇ ਚਾ ਹਰ ਹਾਂ ਵਿੱਚ ਫਾਂਫੜ ਬਲ ਕੋ ਸੀ ਬਿਮਾਰ ਦੇ ਬੋਲੂ ਲਫ਼ਜ਼ ਅਲੈ ਸਿਜਾਦ ਦੇ ਬੋਲੂ ਲਫ਼ਜ਼ ਅਲੈ ਤਾਂ ਅਰਸ਼ ਖੁਦਾ ਦਾ ਹਲ ਕੋ ਸੀ ਜੇ ਸਾਜਦ ਸਾਰਾ ਹਾਲ ਸੁਣਿਓ ਦਿਲ ਸੀਨਾ ਚੀਰ ਨਿਕਲ ਕੋ ਸੀ ਸੁਣ ਬੈਠੇ ਜ਼ੁਲਮ ਤੋਂ ਜ਼ੁਲਮ ਤੋੜੇ ਜੋ ਕਰਬਲ ਥੀਂਦਾ ਰਹੇ ਹਨ ਖਾਰੇ ਚੜਦੇ ਖੋਟ ਉਠੇ ਬੰਦ ਪਾਣੀ ਥੀਂਦਾ ਰਹਿ ਗਏ ਹੁਲਕੂਮ ਤੇ ਨਾਜ਼ਿਕ ਤੀਰ ਝਲੇ ਮੂੰਹ ਖੀਰ ਵਿਟੀਂਦਾ ਰਹਿ ਗਏ ਸਿਰ ਸਜਦਿਓ ਸਾਜਦ ਸਾਂਗ ਤੇ ਗਏ ਕੁਰਾਨ ਪੜ੍ਹੀਂਦਾ ਰਹੇ ਸੁਭਾਨ ਅੱਲਾਹ ਸੁਭਾਨ ਅੱਲਾਹ ਨਾਮ ਪੇਸ਼ ਕੀਤੀ ਪੀਰ ਸ਼ਮਸੁਦੀਨ ਸ਼ਾਹ ਸਾਹਿਬ ਬੁਖਾਰੀ ਸੁਭਾਨ ਅੱਲਾਹ ਮਦਾਲਿਆ ਨੇ ਲੈਟ ਗਈ।